ਦੋਸਤੋ ਕੀ ਹਾਲ ਹੈ ਠੀਕ ਹੋ ਅੱਜ ਅਖੀਰਲਾ ਦਿਹਾੜਾ ਮਾਰਾ ਲੰਡਨ ਵਿੱਚ ਅੱਜ ਕੋਸ਼ਿਸ਼ ਕਰ ਸਾਂ ਵਲੋਗ ਸਹੀ ਕਰਨੇ ਨਹੀਂ ਪਿਛਲੇ ਦੋ ਤਿੰਨ ਦਿਨ ਮੌਸਮ ਨਹੀਂ ਠੀਕ ਰਿਹਾ ਅਤੇ ਮਾੜਾ ਕੈਮਰਾ ਜਿਹੜਾ ਵਾਟਰ ਪਰੂਫ ਨਹੀਂ ਅੱਜ ਸਾਰੀ ਸੋਹਣੀ ਸੈਰ ਕਰਾਉਣਾ ਲੰਡਨ ਵਿੱਚ ਹੈਰਡਸ ਕੋਸ਼ਿਸ਼ ਕਰਨੇ ਨਹੀਂ ਦੱਸਾਂ ਬੁਕਿੰਗਮ ਪੈਲਸ ਅਤੇ ਬਿਗ ਬੈਂਸ ਹੋ ਕੇ ਸਾਹਿਬ ਸਾਰੇ ਅਤੇ ਹੋਰ ਵੈਸੇ ਵੀ ਲੰਡਨ ਦੀਆਂ ਜਗ੍ਹਾ ਜਿਹੜੀਆਂ ਅੱਜ ਮੇਰੇ ਨਾਲ ਦੋਸਤੋ ਇਹ ਪੁੱਛਿਆ ਬਿਲਡਿੰਗ ਹੈ ਕਿੱਥੇ ਹੈ ਜਿਹੜੇ ਮੁਲਕ ਨੇ ਪੋਲੀਟੀਸ਼ੀਅਨਸ ਸਿਆਸੀ ਬੰਦੇ ਨੇ ਉਹ ਇੱਧਰ ਆ ਕੇ ਕਿੱਥੇ ਰਹੇ ਨੇ ਇਹਨਾਂ ਨੂੰ ਗੱਡੀਆਂ ਪੂਰੀਆਂ ਬੁਲੇਟ ਪਰੂਫ ਹੋਣੀਆਂ ਹਨ ਅਤੇ ਟਿੰਟਡ ਵਿੰਡੋ ਲੱਗੇ ਹੋਏ ਨੇ ਅਤੇ ਇੱਕ ਹੋਰ ਇਹ ਜਗ੍ਹਾ ਹੈ ਲੰਡਨ ਵਿੱਚ ਜਿੱਥੇ ਸਿਆਸੀ ਬੰਦੇ ਅਸ਼ਨੇ ਨੇ ਇਹ ਪੂਰਾ ਰੋਡ ਨਾਈਟ ਸਪੇਜ ਪੜਿਆ ਅਤੇ ਜ਼ਿਆਦਾ ਇੱਥੇ ਜਿਹੜੇ ਅਮੀਰ ਲੋਕ ਹੋਣੇ ਨੇ ਇੱਧਰ ਅਸ਼ਨੇ ਸ਼ਾਪਿੰਗ ਕਰਨ ਵਾਸਤੇ ਰਹਿਣ ਵਾਸਤੇ ਅਤੇ ਦੂਆ ਤਰੀਆ ਅੱਜ ਜ਼ਿਲ੍ਹਾ ਹੋਣ ਅੱਗੇ ਅਗਲੀ ਜਗ੍ਹਾ ਪਰ Sent down to the world to teach us how to live a mercy for us all our blessing our gift like the morning sun you rose with a message that would lift this world dosto harrods de bar aaye ve te badi mehngi mehngi shop hai ithe ghadiyan lakha lakha pound ni labiyan par mara phir hoya ke 11 baje khulni hai ta sa 10:30 baje aayegi ab jila khol si na usa tarf andar karane aa ਦੋਸਤੋ ਇਹ ਪਿੱਛੇ ਜਗ੍ਹਾ 15-20 ਮਿੰਟੇ ਖੁੱਲ੍ਹ ਸੀ ਇਹ ਚਾਹ ਵੀ ਕਰਨੇ ਨੇ ਪਰਾਂਠੇ ਵੀ ਕਰਨੇ ਨੇ ਰੋਟੀਆਂ ਵੀ ਕਰਨੇ ਨੇ ਜੇ ਕਿਤੇ ਇੱਥੇ ਆਪਣਾ ਆਇਆ ਤਾਂ ਕੋਈ ਆਪਣਾ ਖਾਣਾ ਚਾਹੀਦਾ ਹੋਇਆ ਇਹ ਇੱਥੇ ਜਿਹੜਾ ਹੈਰਡ ਦੇ ਨਾਲ ਉਸ ਰੋਡ ਪਰ ਹੈ ਇਹ ਗੂਗਲ ਪਰ ਚੈੱਕ ਕਰੀ ਕਿਨੇ ਜਗ੍ਹਾ ਅੱਛੀ ਲੱਗਣੀ ਹੈ ਪਰ ਅੱਜ ਦੇਖੋ ਨਹੀਂ ਖੁੱਲ੍ਹੀ ਵੀ ਦੋਸਤੋ ਅੰਦਰ ਆ ਗਿਆ ਇਹ ਲਿਫਟ ਵਿੱਚ ਬੜੇ ਸੌਖੀ ਲਿਫਟ ਸਾਹਿਬ ਲਿਫਟ ਵਧੀਆ ਹੁਣ ਕੋਸ਼ਿਸ਼ ਕਰਨਾ ਦੂਜੀ ਸ਼ਾਪ ਸਾਲ ਲੈਣੀ I promise that I'll always keep on doing what you did Lord make me someone just like this Do 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 Wanna be some ਦੋਸਤੋ ਇਹ ਫਿਨਿਸ਼ਿੰਗ ਸਾਈਡ ਪਰ ਆਏ ਵੀ ਆ ਕਰਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਤਾਂ ਕਿਵੇਂ ਸਾਲ ਅਸੀਂ ਇੱਥੇ ਕੁਰਾਨ ਵੀ ਬੇਚਣ ਵਾਲ ਕੇਸ ਵਿੱਚ ਪਰ ਇੱਥੇ ਇਹ ਜਿਹੜੀਆਂ ਚੀਜ਼ਾਂ ਹਨ ਮਾਰੇ ਵਾਸਤੇ ਦੁਬਾਰਾ ਬੂ ਬੂ ਮਹਿੰਗੇ ਚੀਜ਼ਾਂ ਤਾਂ ਕਿਲੋ ਇਹ ਪਤਾ ਨਹੀਂ 10-10, 20-20 ਹਜ਼ਾਰ ਪੁੰਡਾ ਨੇ ਹੁਸਨ ਸਿਰਫ ਪਰ ਇੱਥੇ ਵੈਸੇ ਤੱਕਣੇ ਵਾਸਤੇ ਫਿਰਨੇ ਵਾਸਤੇ ਜਗ੍ਹਾ ਠੀਕ ਹੈ ਇਹ ਕੁਰਸੀ ਹੈ ਜਿਹੜੀ 3,500 ਪੁੰਡਾ ਨਹੀਂ 3,500 ਇਸਨੇ ਇਸ ਜਗ੍ਹਾ ਵਿੱਚ ਬਹੁਤ ਚੀਜ਼ਾਂ ਲੱਭੀ ਜਾਂਦੀਆਂ ਹਨ ਇਹ ਤੋਂ ਮੈਂ ਸਕੀ ਟਰਾਈ ਕਰਨਾ ਜੂਲਰੀ ਕਿਆ ਹੀ ਨਾ ਬੰਗਾ ਸ਼ੰਗਾ ਅੰਗੂਠੀਆਂ ਦੋ ਤਰੀਆਂ ਸਾਲ ਨਹੀਂ ਘੜੀਆਂ ਵੀ ਇੱਥੇ ਬੜੀਆਂ ਮਹਿੰਗੀਆਂ ਹਨ ਉਹ ਮਹਿੰਗੀ ਸ਼ਾਪ ਹੈ ਜਨਰਲੀ ਦੋਸਤੋ ਆਇਆ ਇੱਥੇ ਸਪਰੇ ਨਹੀਂ ਜਗ੍ਹਾ ਵੇ ਖੁੱਲ੍ਹੀ ਸਪਰੇ ਲਾਓ ਦੋਸਤੋ ਹੁਣ ਹਰ ਚੁਲੀ ਕਰੀ ਆਇਆ ਬਾਹਰ ਹੁਣ ਕੋਸ਼ਿਸ਼ ਕਰਨਾ ਬੁਕਿੰਗਮ ਪੈਲਸ ਜਾਂ ਬਿਗ ਬੈਨ ਜਾਣੇ ਨਹੀਂ ਦੋਸਤੋ ਇਹ ਤਾਂ ਕੁਝ ਜਿਹੜੇ ਮਲਕਾਂ ਨੇ ਕਾਰ ਅੰਦਰ ਅੱਛੋ ਇਹ ਪਾਕਿਸਤਾਨ ਨਾਂ ਲਿਖਿਆ ਹੋਇਆ ਇੱਥੇ ਪਿਲਰ ਪਰ ਹੁਣ ਜਾਣੇ ਅੰਦਰ ਉਸ ਨਾਲ ਮੁਲਾਕਾਤ ਕਰਨੀ ਦੋਸਤੋ ਇਹ ਲਾਏ ਵੀ ਨੇ ਜਿਹੜੇ ਬੰਦੇ ਜੰਗਾਂ ਵਿੱਚ ਵਰਲਡ ਵਾਰ 1 ਵਰਲਡ ਵਾਰ 2 ਤੇ ਹੋਰ ਜਿੱਥੇ ਇਹ ਜੰਗਾਂ ਲੜ ਰਹੇ ਨੇ ਉਹਨਾਂ ਵਾਸਤੇ ਇੱਥੇ ਕੁਈਨ ਨੇ ਘਰ ਰਾਤ ਇਹ ਪਿੱਛੇ ਧੱਕੋ ਇਹ ਜਿਹੜੇ ਅੰਦਰ ਅੱਛੋ ਦਰਖਤ ਹੀ ਦਰਖਤ ਲੱਗੇ ਨੇ ਇਹ ਮਿਸ਼ਕ ਹੈ ਕਾਨੂੰਨੀ ਤੌਰ ਪਰ ਇਹ ਵੈਸੇ ਵੀ ਬੂਹ ਬੜੇ ਹੋਏ ਜਿਹਨ ਇਹਨਾਂ ਕੀ ਕੱਟ ਹੀ ਨਹੀਂ ਸਕਣੇ ਇਹਨਾਂ ਕੀ ਥੋੜ੍ਹਾ ਛੋਟਾ ਕਰਨਾ ਪੈਣਾ ਇਹ ਤਾਂ ਕੋਈ ਕਿਤੇ ਦੂਰ ਜਾਣੇ ਨੇ ਇਹ ਸਹੀ ਪਤਾ ਲੱਗਾ ਫੋਰਟਰਸ ਬਣਦੀ ਵੀ ਇੱਥੇ ਅੰਦਰ ਕੋਈ ਗੱਡੀਆਂ ਕੋਈ ਹਮਲਾ ਨਾ ਕਰੀ ਜਿਹਨੂੰ ਇਹ ਦੋਸਤੋ ਆਏ ਗਿਆ ਪੈਲਸ ਵਿੱਚ ਇਹ ਤਾਂ ਕੀ ਕਹੋ ਇਹ ਮਲਕਾਂ ਨਾਲ ਘਰ ਹੈ
ਦੇਖੋ ਕਿੰਨੀ ਦੁਨੀਆ ਆਈ ਵੀ ਹੈ ਅੱਛੋ ਜੁਲਾ ਹੋਰ ਸਾਲਿਆਂ ਸੌਖੀ ਦੂਜੀ ਸਾਈਡ ਪਰ ਦੋਸਤੋ ਮੈਂ ਹੁਣ ਡਾਇਰੈਕਟਲੀ ਬਾਹਰ ਖਲਤੇ ਹਾਂ ਮੈਂ ਸੌਖੀ ਸਾਲ ਨਾਲ ਆਏ ਹੈ ਇਹ ਤੋਂ ਕੋ ਇਹ ਕਿਆ ਕਰਾਂ ਮੈਂ ਤੇਜ਼ ਤੇਜ਼ ਇਹ ਤੋਂ ਕੋ ਪੁਲਿਸ ਉੱਥੇ ਖਲਤੀ ਹੈ ਬੰਦੂਕਾਂ ਲੱਭ ਰਹੀਆਂ ਅਤੇ ਇਹ ਜਿਹੜੇ ਸੂਏ ਕੱਪੜੇ ਲਾਏ ਵੇ ਨੇ ਇਹ ਆਮ ਜਿਸ ਤਰ੍ਹਾਂ ਗਾਰਡ ਹੋਣਾ ਇਹਨਾਂ ਨੂੰ ਬਸ ਮਾਹੌਲ ਇਸ ਤਰ੍ਹਾਂ ਹੋਣਾ ਇਹ ਤੋਂ ਕੋ ਤਕਿੰਗ ਨੋ ਦੋਸਤੋ ਇਹ ਤਾਂ ਕੀ ਨੋ ਇੱਥੇ ਕਿਆ ਇਹਨਾਂ ਬੇਸ਼ੱਕ ਇਹਨਾਂ ਕਿਹਾ ਬਟੇਰੇ ਜਾਂ ਬੱਟੇ ਜਾਂ ਪਤਾ ਨਹੀਂ ਮੈਂ ਇਹਨਾਂ ਨਾਲ ਲਫ਼ਜ਼ ਨਹੀਂ ਪਤਾ ਇਹ ਤਾਂ ਕੀ ਨੋ ਇੰਗਲਿਸ਼ ਡੁਕਸ ਉਸਕੋ ਖੁੱਲ੍ਹੇ ਮਾਹੌਲ ਜਿੱਥੇ ਫਿਰਨ ਲੱਗੇ ਨੇ ਮਲਕਾਂ ਦਾ ਮਕਾਨ ਉੱਥੇ ਪਿੱਛੇ ਵੈ ਅਤੇ ਇੱਥੇ ਚਿਲ ਮਾਰਨ ਲੱਗੇ ਨੇ ਜ਼ਿੰਦਾਬਾਦ ਗਰਮੀ ਸੀ ਸੋ ਜਲਸੀ ਲਾਈ ਛੱਡੀ ਹੈ ਡਿਗ ਪੈਨ ਕੋਲ ਪੁੱਜੀ ਆਏ ਹਾਂ ਪਰ ਬੇਸ਼ੱਕ ਇਸ ਟਾਈਮ ਪਰ ਕੰਮ ਕਰਾਏ ਰਹੇ ਨੇ ਸਕਾਫੋਲਡਿੰਗ ਲਾਈ ਵੀ ਨੇ ਅਤੇ ਕੈਪਟਨ ਨਾਲ ਸਹੀ ਨਜ਼ਰਾਂ 'ਚ ਹੈ ਪਰ ਮੈਂ ਯੂਥ ਸੰਘ ਕੀ ਦੱਸਣਾ ਅਤੇ ਨਾਲ ਇਸ ਨਾਲ ਜੀ ਰੋਲ ਪਿੰਡ ਨਹੀਂ ਹਾਂ ਦੋਸਤੋ ਤੱਕੀ ਕਿ ਨੋਏ ਪਿੱਛੇ ਉੱਥੇ ਉਹ ਬਿਗ ਬੈਨ ਹੈ ਤਾਂ ਉਸ ਨਾਲ ਉਹ 'ਚ ਪਾਰਲੀਮੈਂਟ ਦੀਆਂ ਬਿਲਡਿੰਗ ਹੈ ਜਿੱਥੇ ਸਿਆਸੀ ਬੰਦੇ ਆਪਣੇ ਨੇ ਹੁਣ ਪਤਾ ਨਹੀਂ ਲੰਡਨ ਏਜਰ ਹੋਰ ਕੁਝ ਹੋਇਆ ਮੈਂ ਸਾਲੀ ਕਿਨ ਸਾਂ ਕਰਨਾ ਹੈ ਇਹ ਐਂਡ ਹੋਈ ਜੈਸੇ ਵਲੌਗ ਹਲਾਣੇ ਵਾਲਾ ਹੈ ਦੋਸਤੋ ਹੁਣ ਖਾਣਾ ਖਾਣਾ ਆਇਆ ਖਾਣਾ ਸੁੱਕੀ ਐਵੇਂ ਜਿਹਾ ਸਾਲ ਸਾਂ ਅਤੇ ਫਿਰ ਵਲੌਗ ਫਿਨਿਸ਼ ਕਰ ਸਕੋ ਦੋਸਤੋ ਖਾਣਾ ਆ ਗਿਆ ਕੈਮਰਾ ਥੱਕ ਕਰੋ ਥੋੜ੍ਹਾ ਖਾਣੇ ਦਾ ਟਾਈਮ ਹੋਈ ਗਿਆ ਕਬੀਲੀ ਪਲਾਓ ਚਰਸੀ ਚਿਕਨ ਅਤੇ ਚਪਲੀ ਕਬਾਬ ਹੁਣ ਮੈਂ ਵਲੌਗ ਫਿਨਿਸ਼ ਕਰਨਾ ਨੈਕਸਟ ਟਾਈਮ ਹਲਾਣੇ ਵਾਲਾ ਹੈ